ਅਸੀਂ ਨਾ ਮੈਂ ਹਰਿਆਣੇ 'ਚ ਰਹਿੰਦਾ, ਜੀਮਗੜ੍ਹ ਪਿੰਡ ਹੈ ਆਪਣਾ ਕੈਂਥਲ ਜ਼ਿਲ੍ਹਾ, ਅਤੇ ਮੈਂ ਇੱਥੇ ਆਪਣੇ ਰਿਸ਼ਤੇਦਾਰੀ 'ਚ ਆਇਆ ਹਾਂ ਅਤੇ ਮੇਰੀ ਭੂਆ ਰਹਿੰਦੀ ਹੈ, ਔਰ ਆਹ ਮੁੰਡਾ ਕਹਿੰਦਾ ਵੀ ਤੂੰ ਆਪਣੇ ਮੁੰਡੇ ਨੂੰ ਬਾਹਰ ਘੱਲਣਾ, ਅਤੇ ਹੁਣ ਇੱਕ ਐਡ ਜੀ ਆਈ ਆ ਵੀ ਘੱਲ ਸਕਣਾ। ਮੈਂ ਚਲੋ ਮੇਰਾ ਵੀ ਘੱਲ ਦਿਉ, ਵੀ ਮੈਂ ਵੀ ਉੱਥੋਂ ਕਾਗਜ਼ ਕੋਈ ਲੈ ਕੇ ਆ ਗਿਆ ਜੀ, ਮੈਂ ਆਪ ਭਰ ਦਿੱਤੇ ਕਾਗਜ਼, ਵੀਜ਼ਾ ਵੂਜ਼ਾ ਲੱਗ ਗਿਆ ਜੀ, ਅੱਧੇ ਪੈਸੇ ਪਹਿਲਾਂ ਲੈਣੇ ਜੀ ਉਹਨਾਂ, ਅਤੇ ਆਉਂਦੇ ਵੀ ਬਾਅਦ 'ਚ। 3 ਤਰੀਕ ਨੂੰ ਮੈਨੂੰ ਆਉਂਦਾ ਵੀ ਮੁੰਡੇ ਨੂੰ ਲੈ ਕੇ ਇੱਥੇ ਆ ਜਾ, ਮੈਂ 3 ਤਰੀਕ ਦਾ ਇੱਥੇ ਆਣ ਕੇ ਬੈਠਾ ਜੀ। ਪਹਿਲਾਂ 3 ਨੂੰ ਆਇਆ ਅਤੇ ਉਹ ਟਿਕਟ ਨਾ ਦਿੱਤੀ, ਮੈਂ ਚੈੱਕ ਕਰਾਈ ਕੈਂਸਲ ਨਿਕਲੀ ਜੀ, ਮੈਂ ਵੀ ਇਹਦੇ ਟਿਕਟ ਕੈਂਸਲ ਹੈ, ਅਤੇ ਉਦੋਂ ਬਾਅਦ ਆਉਂਦਾ ਚੱਲ ਤੈਨੂੰ ਮੈਂ ਦੂਜੀ ਲਿਆ ਕੇ ਦਿੰਦਾ, ਮੈਨੂੰ ਆਉਂਦਾ ਕੱਲ੍ਹ ਨੂੰ ਆ ਜਾਈ। ਮੈਂ ਫਿਰ ਗਿਆ ਜੀ ਚਾਦਰ ਨੂੰ, ਇੱਕ ਹੋਰ ਦੇ ਤੀ, ਉਹ ਆਉਂਦਾ ਜੀ ਠੀਕ ਹੈ ਠੀਕ, ਅਤੇ ਤੂੰ ਅੰਮ੍ਰਿਤਸਰ ਲੈ ਕੇ ਆ ਜਾ ਮੁੰਡਾ। ਮੈਂ ਰਾਤੀ ਅੰਮ੍ਰਿਤਸਰ ਲੈ ਕੇ ਅੱਪੜ ਗਿਆ ਜੀ, ਸਾਰੀ ਰਾਤ ਉੱਥੇ ਬੈਠੇ ਹਾਂ ਜੀ, ਕੋਈ ਬੱਸ ਨਹੀਂ ਮਿਲੀ ਕੋਈ ਲੈਣ ਦੇ। ਕਿੰਨੇ ਮੁੰਡੇ ਟੋਟਲ ਹੈਗੇ ਆ ਜਨਾਬ? 35-40 ਮੁੰਡੇ ਆ ਜੀ, ਸਾਰੇ ਉੱਥੇ ਹੀ ਜਾਣ ਵਾਲੇ ਨੇ। ਕਿੰਨੇ ਪੈਸੇ ਦਿੱਤੇ ਤੁਸੀਂ? ਪੈਸੇ ਜੀ ਵੇਖੋ, ਮੈਂ ਪਹਿਲਾਂ 50,000 ਭਰਿਆ ਹੈ ਜੀ, ICICI ਬੈਂਕ ਇੱਥੇ ਹੋਰ ਖਾਤੇ 'ਚ ਪਾਏ ਹਨ ਜੀ, ਸਾਜਣ ਦੇ ਖਾਤੇ 'ਚ, ਅਤੇ ਇਹ ਏਜੰਟ ਇੱਥੋਂ ਦੇ ਨਹੀਂ ਬਟਾਲੇ ਦੇ ਜੀ। ਕੀ ਜਾਂਦੇ ਹੁੰਦੇ ਭਾਅ ਜੀ? ਇਨਸਾਫ ਹੀ ਚਾਹੀਦਾ, ਸਾਡੇ ਪੈਸੇ ਮੁੜ ਜਾਣ, ਅਤੇ ਉਹ ਸਾਡਾ ਪਾਸਪੋਰਟ ਜਾਂ ਚੈੱਕ ਬੁੱਕ ਮੁੱਕ ਜਾਣ, ਉਹ ਵੀ ਸਾਰੇ ਇਹਨਾਂ ਦੇ ਕੋਲ ਹੀ ਪਏ ਨੇ। ਸਰ, ਇਹਨਾਂ ਦੀ ਪਹਿਲਾਂ ਇੰਟਰਵਿਊ ਸਾਡੇ ਕੋਲ ਪਹੁੰਚੀ ਸੀ, ਇਹਨਾਂ ਦਾ ਪੋਸਟਰ ਜਿਹੜਾ ਨਾ ਫੇਸਬੁੱਕ 'ਤੇ ਵਟਸਐਪ ਸੈਂਡ ਕੀਤਾ ਸੀਗਾ, ਉਹ ਆਪਾਂ ਇਹਨਾਂ ਨਾਲ ਗੱਲ ਕੀਤੀ ਹੋਈ ਸੀ, ਅਤੇ ਬਾਅਦ 'ਚ ਆਪਾਂ ਇੱਥੇ ਦਿੱਤੀ ਇਹਨਾਂ ਕੋਲ ਇੰਟਰਵਿਊ। CV ਸਾਡੀ ਸਿਲੈਕਸ਼ਨ ਹੋਈ ਹੈ। ਕਿਸ ਨਾਮ 'ਤੇ ਇਹਨਾਂ ਨੇ ਖੋਲੀ ਹੋਈ ਆ? ਇਹ ਗੁਰੂ ਕਿਰਪਾ ਟ੍ਰੇਡ ਸੈਂਟਰ ਆ ਜੀ, ਬਟਾਲੇ ਬਟਾਲਾ। ਹਾਂਜੀ ਹਾਂਜੀ। ਦੇਖੋ ਜੀ, ਸਾਡੇ ਪਾਸਪੋਰਟ 'ਤੇ ਸਾਡੇ ਕੁਛ 10,000 ਰੁਪਏ 20,000 ਰੁਪਏ ਸਾਡੇ ਕੋਲੋਂ ਰੱਖ ਲਿਆ ਸੀਗਾ, ਕਹਿੰਦੇ ਕਿ ਬਾਕੀ ਵੀਜ਼ਾ ਹੋਣ 'ਤੇ ਪੇ ਕਰਨੇ ਨੇ, ਅਤੇ ਕੋਰਟ ਟਿਕਟਾਂ ਹੋਣ 'ਤੇ ਪੇ ਕਰਨੇ ਨੇ, ਅਤੇ ਦਿੱਲੀ ਦਾ ਮੈਡੀਕਲ ਕਰਵਾ ਕੇ ਸਾਡੇ ਕੋਲੋਂ, ਅਤੇ ਹੁਣ ਬਾਕੀ 5 ਤਰੀਕ ਨੂੰ ਸਾਡੇ ਕੋਲ ਜਿਹੜੇ ਫੁੱਲ ਪੇਮੈਂਟ ਆ ਸਾਡੇ ਕੋਲ ਲੈ ਲਈਏ। ਕਿੰਨੇ? ਸਾਡੇ ਕੋਲੋਂ 1,20,000 ਰੁਪਈਆ, ਕੇਕ 30-40 ਤੱਕ ਵੀ ਲੈ ਲਏ ਇਹਨਾਂ ਨੇ। ਕਿੰਨੇ ਮੁੰਡੇ ਆ ਟੋਟਲ? ਇੱਕ 35 ਮੁੰਡੇ ਆ ਜੀ ਆਪਾਂ। ਹਾਂਜੀ, ਕੋਈ ਗੁਰਦਾਸਪੁਰ ਦਾ ਆ, ਕੋਈ ਜਲੰਧਰ ਦਾ, ਕੋਈ ਬਟਾਲੇ ਦਾ ਵਾ, ਲੱਖ ਲੱਖ ਪਿੰਡੋ ਦੇ, ਕੋਈ ਕਪੂਰਥਲੇ ਦੇ ਵੀ ਮੁੰਡੇ ਹੈਗੇ ਜੀ। ਤੁਹਾਡੇ ਕੋਲ ਪੈਸੇ ਲੈਣ ਤੋਂ ਬਾਅਦ ਸਾਰੇ ਉਹਨਾਂ ਨੇ ਕੀ ਕਿਹਾ ਤੁਹਾਨੂੰ? ਦੇਖੋ, ਸਾਨੂੰ ਨਾ ਟਾਈਮ ਤਾਂ ਸੀ ਵੀ ਤੁਸੀਂ ਜਿਹੜਾ ਆਪਣੇ ਅੰਮ੍ਰਿਤਸਰ ਜਾਂ ਤੁਸੀਂ 8 ਵਜੇ ਤਕਰੀਬਨ ਪਹੁੰਚ ਜਾਓ, ਉੱਥੇ ਆਪਾਂ ਬੱਸ ਜਿਹੜੀ ਆ 700 ਰੁਪਈਆ ਪਰ ਬੰਦੇ ਦਾ ਆਪਾਂ ਕੀਤਾ ਹੋਇਆ ਵਾ ਬੱਸ ਦੇ ਨਾਲ, ਹਾਂਜੀ, ਦਿੱਲੀ ਬੱਸ ਨੂੰ ਲੈ ਕੇ ਜਾਏਗੀ ਏਅਰਪੋਰਟ ਦੇ ਉੱਤੇ, ਤੁਸੀਂ ਉੱਥੇ ਪਹੁੰਚੋ, ਅਤੇ ਬਾਅਦ 'ਚ ਨਾ 8 ਵਜੇ ਦੇ ਕਰੀਬ ਮੈਂ ਇਹਨਾਂ ਨੂੰ ਕਾਲ ਕੀਤੀ ਅਰਜਤ ਨੂੰ, ਵੀ ਮੈਂ ਕਿਹਾ ਵੀ ਤੁਸੀਂ ਸਰ ਕਿੱਥੇ ਹੋ, ਅਤੇ ਇਹਨਾਂ ਦਾ ਕਹਿੰਦੇ ਵੀ ਆਪਾਂ ਆ ਰਹੇ ਹਾਂ। ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਆਪਣਾ ਫੋਨ ਬੰਦ ਕਰ ਦਿੱਤਾ ਵਾ, ਇਹਨਾਂ ਦਾ ਫੋਨ ਹੁਣ ਤੱਕ ਬੰਦ ਹੀ ਆ ਰਿਹਾ, ਨਾ ਲੱਭੇ ਆ ਵੀ ਕਿੱਥੇ ਗਏ ਆ, ਕੋਈ ਇਹਨਾਂ ਦਾ ਮਸਲਾ ਨਹੀਂ। ਬਿਲਕੁਲ, ਅੱਜ ਕੁਛ ਬੰਦੇ ਆਏ ਸੀ, ਉਹਨਾਂ ਨੇ ਕਹਿਣ ਮੁਤਾਬਿਕ ਉਹਨਾਂ ਨੇ ਕੋਈ ਕੰਪਲੇਂਟ ਦਿੱਤੀ ਆ, ਬਟ ਹਜੇ ਤੱਕ ਜੋ ਮੇਰੇ ਕੋਲ ਰਿਸੀਵ ਨਹੀਂ ਹੋਈ। ਜਦੋਂ ਹੀ ਮੇਰੇ ਕੋਲ ਕੋਈ ਕੰਪਲੇਂਟ ਰਿਟਰਨ ਰਿਸੀਵ ਹੁੰਦੀ ਹੈ, ਅਤੇ ਜੋ ਬਣਦੀ ਕਾਰਵਾਈ ਅਸੀਂ ਕਰਾਂਗੇ। ਮੁੰਡਿਆਂ ਨੇ ਦੱਸਿਆ ਕਿੰਨੇ ਕੁ ਪੈਸੇ ਦਿੱਤੇ ਉਹਨੂੰ? ਕਿੰਨੇ ਕੁ ਮੁੰਡੇ ਨੇ? ਮੇਰੇ ਕੋਲ ਕਾਫੀ ਮੁੰਡੇ ਸੀ, 25-30 ਮੁੰਡੇ ਆਏ ਸੀ ਇਕੱਠੇ ਹੋ ਕੇ, ਜੋ ਕਾਫੀ ਗਰੀਬ ਘਰਾਂ ਨੂੰ ਬਿਲੋਂਗ ਰੱਖਦੇ ਸੀ। ਆਈ ਥਿੰਕ ਉਹਨਾਂ ਨੇ ਜੋ ਦੱਸਦੇ ਪਏ ਸੀ, ਉਹਨਾਂ ਨੂੰ ਕੁਵੈਤ ਜਾਣ ਦਾ ਵੀਜ਼ਾ ਦੇਣ ਦੀ ਗੱਲ ਕਰਦੇ ਪਏ ਸੀ, ਕਿਸੇ ਨੇ ਫਰੋਡ ਕੀਤਾ। ਅਤੇ ਜਦੋਂ ਵੀ ਸਾਡੇ ਕੋਲ ਕੰਪਲੇਂਟ ਆਉਂਦੀ, ਅਸੀਂ ਵੈਰੀਫਾਈ ਕਰਕੇ ਬਣਦੀ ਕਾਰਵਾਈ ਕਰਾਂਗੇ, ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ।